ਜਦੋਂ ਕੋਈ ਕੁੱਤਾ ਵੀ ਰੋਟੀ ਖਾਂਦਾ ਹੁੰਦਾ ਨਾ, ਜੇ ਉਹਨੂੰ ਛੇੜ ਲਈਏ ਤਾਂ ਉਹ ਵੱਢਿਆ ਜਾਂਦਾ। ਇਹ ਗੱਲ ਸੈਂਟਰ ਦੀ ਸਰਕਾਰ ਨੂੰ ਆਪੇ ਸਮਝ ਲੱਗ ਜਾਣੀ ਹੈ ਵੀ ਮੈਂ ਕੀ ਬੋਲਿਆ। ਸਾਡੇ ਤੇ ਸਾਡੀ ਰੋਟੀ ਵਾਲੀ ਥਾਲੀ ਤੇ ਇਹਨਾਂ ਨੇ ਅਟੈਕ ਕੀਤਾ। ਹੁਣ ਤੁਸੀਂ ਆਪੇ ਦੇਖ ਲਓ ਵੀ ਤੁਸੀਂ ਕਰਨਾ ਕੀ। ਕਿਸਾਨ ਕੋਲ ਤੇ ਫਿਰ ਮਾੜੀ ਮੋਟੀ ਜ਼ਮੀਨ ਹੋਊਗੀ, ਉਹ ਉਗਾ ਲੂਗਾ ਆਪਣੇ ਘਰ ਜੋਗੀਆਂ ਸਬਜ਼ੀਆਂ। ਤੁਸੀਂ ਤੇ ਮੈਂ ਕਿੱਥੇ ਜਾਵਾਂਗੇ? ਕੋਠਿਆਂ ਤੇ ਸਬਜ਼ੀਆਂ ਉਗਾਵਾਂਗੇ ਅਸੀਂ, ਆਪਣੀਆਂ ਘਰ ਦੀਆਂ ਛੱਤਾਂ ਦੇ ਸਬਜ਼ੀਆਂ ਉਗਾਵਾਂਗੇ ਕਿ ਗਮਲਿਆਂ 'ਚ ਸਬਜ਼ੀਆਂ ਉਗਾਵਾਂਗੇ? ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜੇ ਇਹ ਇਦਾਂ ਹੀ ਕੋਲਾ ਬੰਦ ਰਿਹਾ ਤਾਂ ਤੁਹਾਨੂੰ ਜਿਹੜਾ ਦਸੰਬਰ 'ਚ ਬਿੱਲ ਆਊਗਾ ਉਹ ਘੱਟ ਕੇ ਆਊਗਾ, ਜਿਹੜਾ ਤੁਹਾਨੂੰ 8 ਰੁਪਏ ਯੂਨਿਟ ਆ ਉਹ ਘੱਟ ਕੇ ਮਿਲੂਗਾ। ਸੋ ਇਹ ਗੱਲ ਆਪਦੇ ਚਿੱਤ 'ਚੋਂ ਕੱਢ ਦਿਓ ਕਿ ਜਿਹੜੀਆਂ ਰੇਲਾਂ ਬੰਦ ਹੋਈਆਂ ਨੇ ਉਹਦੇ ਕਰਕੇ ਇਲੈਕਟ੍ਰੀਸਿਟੀ ਡਿਪਾਰਟਮੈਂਟ ਬੰਦ ਖਰਾਬ ਹੋਊਗਾ, ਤੁਹਾਨੂੰ ਇਲੈਕਟ੍ਰੀਸਿਟੀ ਘੱਟ ਮਿਲੂਗੀ, ਤੁਹਾਡੇ ਕੱਟ ਲੱਗਣੇ ਸ਼ੁਰੂ ਹੋਣਗੇ, ਬਿਲਕੁਲ ਗਲਤ ਗੱਲ ਹੈ। ਆਓ ਪਿਆਰ ਨਾਲ ਫਤਿਹ ਸਾਂਝੀ ਕਰੀਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਬਹੁਤ ਸਾਰੇ ਬਹੁਤ ਧਰਮਾਂ ਦੇ ਲੋਕ ਜਿਹੜੇ ਸਾਰੇ ਜੁੜ ਬੈਠੇ ਆ, ਸਪੈਸ਼ਲੀ ਮੈਨੂੰ ਇੰਨੀਆਂ ਟੋਪੀਆਂ ਵੇਖ ਕੇ ਸਾਈਂ ਮੀਆਂ ਮੀਰ ਜੀ ਦੀ ਬਹੁਤ ਯਾਦ ਆਉਂਦੀ ਹੈ, ਕਿਉਂਕਿ ਲੁਧਿਆਣੇ ਵੀ ਜਿਹੜੇ ਨਾਇਬ ਸ਼ਾਹੀ ਇਮਾਮ ਜੀ ਨੇ ਉਸਮਾਨ ਲੁਧਿਆਣਵੀ ਜੀ, ਉਹਨਾਂ ਨਾਲ ਮੇਰਾ ਚੰਗਾ ਪਿਆਰ ਹੈ। ਵੱਡੇ ਵੀਰ ਨੇ, ਹਰ ਗੱਲ 'ਤੇ ਸਮਝਾਉਂਦੇ ਰਹਿੰਦੇ ਆ, ਬਹੁਤ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਦਾ। ਸੋ ਸਾਰੇ ਹੀ ਧਰਮਾਂ ਦੇ ਜਿੰਨੇ ਵੀ ਵੀਰ ਆਏ ਬੈਠੇ ਆ ਉਹਨਾਂ ਦਾ ਤਹਿ ਦਿਲੋਂ ਇੱਕ ਧੰਨਵਾਦ ਕਰਨਾ ਚਾਹੂੰਗਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ, ਬੇਸਿਕਲੀ ਜੋ ਪੰਜਾਬ ਦੀ ਗੱਲ ਹੈ ਅਤੇ ਉਹ ਖਾਲੀ ਜੇ ਸਿੱਖਾਂ ਦੀ ਗੱਲ ਨਹੀਂ ਆ। ਇਹ ਗੱਲ ਨੂੰ ਮੈਂ ਪਹਿਲਾਂ ਕਲੀਅਰ ਕਰ ਦਿਆਂ ਕਿ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ, ਠੀਕ ਹੈ ਸਿੱਖ ਪੰਜਾਬ 'ਚ ਬਹੁ ਗਿਣਤੀ 'ਚ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਸਿਰਫ ਸਿੱਖਾਂ ਦਾ ਹੀ ਆ। ਅੱਜ ਵੀ ਸਵੇਰੇ ਗੱਲ ਚੱਲ ਰਹੀ ਸੀ, ਹੁਣ ਵੀ ਰਸਤੇ 'ਚ ਆਉਂਦੇ ਹੋਏ ਗੱਲ ਚੱਲ ਰਹੀ ਸੀ, ਅਤੇ ਗੱਲ ਹਰ ਵਾਰੀ ਇਹੀ ਸਿੱਖਾਂ 'ਤੇ ਆ ਜਾਂਦੀ ਆ ਵੀ ਯਾਰ ਜਿਹੜਾ ਪੰਜਾਬ ਆ ਉਹ ਸਿੱਖਾਂ ਦਾ ਵੀਰ ਨਹੀਂ, ਸਾਰੀਆਂ ਕੌਮਾਂ ਦਾ ਓਨਾ ਹੀ ਹੈ ਜਿੰਨਾ ਸਾਡਾ। ਇਹ ਸਾਰੀ ਜ਼ਿੰਮੇਵਾਰੀ, ਜੇ ਨੁਕਸਾਨ ਹੋਣਾ ਹੈ ਤਾਂ ਉਹ ਸਾਰਿਆਂ ਦਾ ਹੀ ਹੋਣਾ। ਸੋ ਅੱਜ ਦੇ ਜੋ ਧਰਨੇ ਦੀ ਕਵਾਇਦ ਹੈ ਉਹ ਮੈਂ ਸਟਾਰਟ ਕਰਦਾ ਜੀ। ਬੇਸਿਕਲੀ ਜਿਹੜੇ ਅੱਜ ਜਿੱਥੋਂ ਆਪਾਂ ਬੈਠੇ ਹਾਂ, ਜਿਹੜੀ ਗੱਲ ਨੂੰ ਡਿਸਕਸ ਕਰਨ ਲਈ ਬੈਠੇ ਹਾਂ, ਉਹ ਇਹ ਹੈ ਕਿ ਉਹ ਜਿਹੜੇ 3 ਆਰਡੀਨੈਂਸ ਲੈ ਕੇ ਆਉਂਦੇ ਜਿਨ੍ਹਾਂ ਨੂੰ ਬਿੱਲਾਂ 'ਚ ਕਨਵਰਟ ਕਰਕੇ ਅਤੇ ਹੁਣ ਲਾਅ ਬਣਾ ਦਿੱਤਾ ਗਿਆ, ਉਹਦੀ ਗੱਲ ਇੱਦਾਂ ਹੈ ਜੀ ਕਿ ਜਦੋਂ ਵੀ ਕੋਈ, ਉਹਦੇ ਲਈ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਮੈਂ ਸਟਾਰਟਿੰਗ 'ਤੇ, ਕਿ ਹੁਣ ਤੱਕ ਜਿੰਨੇ ਵੀ ਅਟੈਕ ਹੋਏ ਉਹ ਤੁਹਾਡੇ ਕਲਚਰ ਦੇ ਉੱਪਰ, ਤੁਹਾਡੇ ਸੱਭਿਆਚਾਰ ਦੇ ਉੱਪਰ, ਤੁਹਾਡੇ ਧਰਮ ਦੇ ਉੱਪਰ, ਵੱਖ ਵੱਖ ਥਾਵਾਂ 'ਤੇ ਵੱਖ ਵੱਖ ਤਰੀਕਿਆਂ ਨਾਲ, ਵੱਖ ਵੱਖ ਸਮੇਂ ਦੇ ਉੱਪਰ ਤੁਹਾਡੇ 'ਤੇ ਹੁੰਦੇ ਰਹੇ ਅਤੇ ਤੁਸੀਂ ਉਹਦਾ ਆਪਣੇ ਤਰੀਕੇ ਨਾਲ ਡੱਟ ਕੇ ਮੁਕਾਬਲਾ ਕਰਦੇ ਰਹੇ। ਪਰ ਜਿਹੜੀ ਚੀਜ਼ ਅੱਜ ਹੁਣ ਜਿਸ ਕਰਕੇ ਆਪਾਂ ਬੈਠੇ ਹਾਂ ਉਹਦਾ ਪ੍ਰਭਾਵ ਬਹੁਤ ਡੂੰਘਾ ਜਾਊਗਾ। ਉਹਦੇ ਲਈ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ, ਜਿਹੜੀ ਕਹਾਵਤ ਬਹੁਤ ਮਸ਼ਹੂਰ ਹੈ ਕਿ ਜਦੋਂ ਕੋਈ ਕੁੱਤਾ ਵੀ ਰੋਟੀ ਖਾਂਦਾ ਹੁੰਦਾ ਨਾ, ਜੇ ਉਹਨੂੰ ਛੇੜ ਲਈਏ ਤਾਂ ਉਹ ਵੱਢਿਆ ਜਾਂਦਾ। ਇਹ ਗੱਲ ਸੈਂਟਰ ਦੀ ਸਰਕਾਰ ਨੂੰ ਆਪੇ ਸਮਝ ਲੱਗ ਜਾਣੀ ਹੈ ਵੀ ਮੈਂ ਕੀ ਬੋਲਿਆ। ਸਾਡੇ ਤੇ ਸਾਡੀ ਰੋਟੀ ਵਾਲੀ ਥਾਲੀ ਤੇ ਇਹਨਾਂ ਨੇ ਅਟੈਕ ਕੀਤਾ। ਹੁਣ ਤੁਸੀਂ ਆਪੇ ਦੇਖ ਲਓ ਵੀ ਤੁਸੀਂ ਕਰਨਾ ਕੀ। ਸਿੰਪਲ ਜਿਹਾ ਆਰਡੀਨੈਂਸ ਸੀਗਾ ਬਈ, ਜਿਹੜੇ ਫਾਰਮਰ ਸੀਗੇ ਉਹਨਾਂ ਨੂੰ MSP ਨਾਲ ਲੈਣਾ ਦੇਣਾ ਹੋ ਗਿਆ। ਪਰ ਜਿਹੜੀ ਮੇਰੇ ਪਿੱਛੇ ਲਾਈਨ ਲਿਖੀ ਹੈ ਵੀ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ, ਇਹ ਜਿਸ ਦਿਨ ਗੱਲ ਸਟਾਰਟ ਹੋਈ ਸੀ, ਸਭ ਤੋਂ ਪਹਿਲਾਂ ਜਦੋਂ ਧਰਨੇ ਲੱਗਣੇ ਸ਼ੁਰੂ ਹੋਏ ਤਾਂ ਸਿਰਫ ਕਿਸਾਨਾਂ ਵੱਲੋਂ ਧਰਨੇ ਲੱਗਣੇ ਸ਼ੁਰੂ ਹੋਏ ਸੀ। ਮੈਂ ਇੱਕ ਸ਼ਹਿਰ ਦਾ ਰਹਿਣ ਵਾਲਾ ਵਾਂ, ਮੇਰੀ ਆਪਣੀ ਇੱਕ ਫੈਕਟਰੀ ਹੈ ਲੁਧਿਆਣੇ 'ਚ। ਤੁਹਾਨੂੰ ਪਤਾ ਵੀ ਸਾਰੇ 90% ਲੋਕਾਂ ਦੀ ਆਪਣੀ ਦੁਕਾਨ ਹੈ, ਆਪਣਾ ਕੋਈ ਕਿੱਤਾ ਕੋਈ ਫੈਕਟਰੀ ਹੈ, ਫਾਰਮਿੰਗ ਵਾਲੇ ਬਹੁਤ ਘੱਟ ਬੰਦੇ ਨੇ। ਪਰ ਮੈਂ ਜਦੋਂ ਇਸ ਕਾਨੂੰਨ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਪਤਾ ਲੱਗਿਆ ਵੀ ਯਾਰ ਇਹ ਇੱਕ ਤਰਫਾ ਗੱਲ ਨਹੀਂ ਹੈ। ਜੇ ਸਿਰਫ ਕਿਸਾਨੀ ਨਾਲ ਸੰਬੰਧਿਤ ਗੱਲ ਹੁੰਦੀ ਤਾਂ ਸਿਰਫ ਇੱਥੇ ਕਿਸਾਨ ਹੀ ਧਰਨੇ ਲਾ ਰਹੇ ਹੁੰਦੇ, ਉਹਨਾਂ ਨੇ ਰੇਲਾਂ ਰੋਕ ਲਈਆਂ, ਸ਼ੰਭੂ 'ਤੇ ਧਰਨੇ ਲੱਗੇ ਆ, ਬਾਕੀ ਜਗ੍ਹਾ ਧਰਨੇ ਲੱਗੇ ਆ, ਉਹ ਸਾਰਾ ਕੰਮ ਚੱਲਦਾ ਰਹਿੰਦਾ। ਪਰ ਜਦੋਂ ਆਹ ਟੈਗਲਾਈਨ ਦਿੱਤੀ ਵੀ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ, ਤਾਂ ਉਹਨੂੰ ਸਮਝਣ ਲਈ ਅੱਜ ਤੁਹਾਨੂੰ ਸਾਰਿਆਂ ਨੂੰ 2 ਮਿੰਟ ਲਾਉਣੇ ਪੈਣਗੇ। ਸਮਝੋ ਇਸ ਗੱਲ ਨੂੰ ਕਿ ਜਿਹੜੀ ਤਾਂ MSP ਦੀ ਗੱਲ ਹੈ ਉਹ ਕਿਸਾਨੀ ਨਾਲ ਸੰਬੰਧਿਤ ਹੈ, ਪਰ ਉਸ ਲਾਅ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਕਿ ਜਿਹੜਾ ਵੀ ਬੰਦਾ ਹੈ ਉਹ ਜਿੰਨੀ ਮਰਜ਼ੀ ਕੁਆਂਟਿਟੀ 'ਚ ਕੋਈ ਚੀਜ਼ ਸਟੋਰ ਕਰ ਸਕਦਾ। ਇਹ ਪਹਿਲਾਂ ਇੱਦਾਂ ਨਹੀਂ ਸੀ। ਪਹਿਲਾਂ ਕੀ ਹੁੰਦਾ ਸੀ, ਜਿਵੇਂ ਆਲੂ ਦੇ ਪਿਆਜ਼ ਭਾਅ ਵੱਧ ਗਿਆ, ਪਿਆਜ਼ਾਂ ਦਾ ਭਾਅ ਵੱਧ ਗਿਆ, ਟਮਾਟਰ ਦਾ ਭਾਅ ਵੱਧ ਗਿਆ, ਤਾਂ ਕੀ ਕਰਦੀ ਸੀ ਸਰਕਾਰ, ਥਾਵਾਂ ਥਾਵਾਂ 'ਤੇ ਛਾਪੇ ਮਾਰਦੀ ਸੀ ਵੀ ਜਿਹਨੇ ਵੱਧ ਕੁਆਂਟਿਟੀ 'ਚ ਸਟੋਰ ਕੀਤਾ ਹੋਇਆ ਉਹਨੂੰ ਛਾਪੇ ਮਾਰ ਕੇ ਅਤੇ ਉਹਨੂੰ ਮਾਰਕੀਟ 'ਚ ਸਰਕੂਲੇਟ ਕਰ ਦਿੰਦੇ ਸੀ ਅਤੇ ਭਾਅ ਘੱਟ ਜਾਂਦਾ ਸੀ। ਹੁਣ ਤਾਂ ਉਹਨਾਂ ਨੇ ਲਿਖ ਕੇ ਦਿੱਤਾ ਤੁਹਾਨੂੰ ਲਾਅ ਦੇ ਵਿੱਚ, ਉਹ 3 ਰੂਲਾਂ ਦੇ ਵਿੱਚ ਇੱਕ ਰੂਲ ਇਹੀ ਹੈ ਵੀ ਤੁਸੀਂ ਜਿੰਨਾ ਮਰਜ਼ੀ ਖਰੀਦ ਕੇ ਸਟੋਰ ਕਰ ਸਕਦੇ ਹੋ। ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ। ਮੰਨ ਲਓ ਅੰਡਾਨੀ ਜਾਂ ਅੰਬਾਨੀ ਗਰੁੱਪ ਇੰਨੀ ਕਪੈਸਿਟੀ ਰੱਖਦੇ ਆ, ਅੱਜ ਉਹਨਾਂ ਕੋਲ ਇੰਨਾ ਰੁਪਈਆ ਕਿ ਉਹ ਸਾਰੇ ਦੇ ਸਾਰੇ ਪੰਜਾਬ ਦਾ ਟਮਾਟਰ ਖਰੀਦ ਲੈਂਦੇ ਆ, ਸਟੋਰ ਕਰ ਲੈਂਦੇ, ਉਹਨਾਂ ਕੋਲ ਕਪੈਸਿਟੀ ਵੀ ਹੈਗੀ ਸਟੋਰ ਕਰਨ ਦੀ, ਖਰੀਦਣ ਦੀ ਕਪੈਸਿਟੀ ਵੀ ਹੈਗੀ ਆ, ਉਹ ਸਾਰਾ ਕਪੈਸਿਟੀ ਯੂਜ਼ ਕਰਕੇ ਖਰੀਦ ਕੇ ਸਟੋਰ ਕਰ ਲੈਂਦੇ ਆ। ਮਾਰਕੀਟ 'ਚ ਜਿੰਨਾ ਟਮਾਟਰ ਹੈ ਸਾਰਾ ਉੱਡ ਗਿਆ, ਉਸ ਤੋਂ ਬਾਅਦ ਹੁਣ ਉਹ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਕੱਢਣਗੇ, ਆਪਣੀ ਰੇਟਾਂ ਦੇ ਉੱਪਰ ਵੇਚਣਗੇ, ਅਤੇ ਤੁਸੀਂ ਕੀ ਕਰੋਗੇ?
ਉਦੋਂ ਕਿਸਾਨ ਨੂੰ ਕੁਛ ਫਰਕ ਨਹੀਂ ਪੈਣਾ, ਕਿਸਾਨ ਕੋਲ ਤਾਂ ਫਿਰ ਮਾੜੀ ਮੋਟੀ ਜ਼ਮੀਨ ਹੋਊਗੀ, ਉਹ ਉਗਾ ਲੂਗਾ ਆਪਣੇ ਘਰ ਜੋਗੀਆਂ ਸਬਜ਼ੀਆਂ। ਤੁਸੀਂ ਤੇ ਮੈਂ ਕਿੱਥੇ ਜਾਵਾਂਗੇ, ਕੋਠਿਆਂ ਤੇ ਸਬਜ਼ੀਆਂ ਉਗਾਵਾਂਗੇ ਅਸੀਂ, ਆਪਣੀਆਂ ਘਰ ਦੀਆਂ ਛੱਤਾਂ ਦੇ ਸਬਜ਼ੀਆਂ ਉਗਾਵਾਂਗੇ ਕਿ ਗਮਲਿਆਂ 'ਚ ਸਬਜ਼ੀਆਂ ਉਗਾਵਾਂਗੇ? ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਇਸੇ ਕਰਕੇ ਮੈਂ ਕਹਿੰਦਾ ਵੀ ਜਿਹੜਾ ਜੇ ਕਿਸਾਨ ਮਾਰੂ ਬਿੱਲ ਹੈ ਨਾ ਇਹ, ਤੇ ਸ਼ਹਿਰੀ ਮਾਰੂ ਵੀ ਓਨਾ ਹੀ ਬਿੱਲ ਹੈ। ਇਹਦੀ ਇੱਕ ਹੋਰ ਐਗਜ਼ਾਮਪਲ ਦਿੰਦਾ, ਹਰ ਸਾਲ ਕੁਛ ਕੁ ਸਮੇਂ ਲਈ ਪਿਆਜ਼ਾਂ ਦਾ ਭਾਅ ਵੱਧ ਜਾਂਦਾ, ਤੇ ਸ਼ਹਿਰਾਂ ਵਿੱਚ ਇੱਕ ਬੜਾ ਟ੍ਰੈਂਡ ਆ ਵੀ ਸ਼ਾਮ ਨੂੰ ਸਨੈਕਸ ਖਾਣ ਅਸੀਂ ਸਾਰੇ ਜਾਂਦੇ ਹਾਂ, ਰੇੜੀਆਂ ਰੂੜੀਆਂ 'ਤੇ ਸਾਰੇ ਜਾਂਦੇ ਹਾਂ। ਅਸੀਂ ਉਦੋਂ ਦੇਖਦੇ ਹਾਂ ਜਦੋਂ ਸ਼ਹਿਰਾਂ 'ਚ ਪਿਆਜ਼ਾਂ ਦਾ ਭਾਅ ਵੱਧ ਜਾਂਦਾ ਨਾ, ਤੇ ਉਦੋਂ ਉਹੀ ਰੇੜੀਆਂ ਵਾਲੇ ਪਿਆਜ਼ਾਂ ਦੀ ਬਜਾਏ ਮੂਲੀਆਂ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦੇ ਆ। ਫਿਰ ਜਦੋਂ ਭਾਅ ਘੱਟ ਜਾਂਦਾ ਅਸੀਂ ਫਿਰ ਪਿਆਜ਼ ਖਾਣੇ ਸ਼ੁਰੂ ਕਰ ਦਿੰਦੇ ਹਾਂ। ਹੁਣ ਤਾਂ ਪਿਆਜ਼ਾਂ ਦਾ ਭਾਅ ਹੀ ਉਹ ਡਿਸਾਈਡ ਕਰੂਗਾ, ਤੇ ਜੇ ਤੁਸੀਂ ਅਫੋਰਡ ਹੀ ਨਾ ਕਰ ਸਕੇ ਤੇ ਫਿਰ ਕੀ ਕਰੋਗੇ? ਦੂਜੀ ਗੱਲ, ਸ਼ਹਿਰਾਂ ਵਾਲਿਆਂ ਨੂੰ ਤਾਂ ਪਹਿਲਾਂ ਹੀ GST ਨੇ ਐਸੀ ਮਾਰ ਮਾਰੀ ਕਿ ਸਾਡਾ ਜਿਹੜਾ ਕੰਮ ਦਾ ਸਤਰ ਸੀ, ਜੇ ਕੋਈ ਪਹਿਲਾਂ ਬੰਦਾ 10,000 ਰੁਪਏ ਮਹੀਨਾ ਕਮਾਉਂਦਾ ਸੀ ਤਾਂ ਜੋ 5,000 ਰੁਪਏ ਮਹੀਨਾ ਵੀ ਨਹੀਂ ਕਮਾਉਂਦਾ। ਜਿਵੇਂ ਹੁਣ ਇੱਥੇ 500 ਬੰਦੇ ਬੈਠੇ ਆ, ਜੇ ਮੈਂ ਉਹਨਾਂ 'ਚੋਂ ਸਾਰਿਆਂ ਨੂੰ ਪੁੱਛ ਲਾਂ ਤਾਂ ਮੇਰੇ ਖਿਆਲ ਨਾਲ 495 ਬੰਦਿਆਂ ਨੇ ਮੈਨੂੰ, ਸ਼ਹਿਰੀਆਂ ਨੇ ਇਹੀ ਗੱਲ ਕਹਿਣੀ ਵੀ ਭਾਜੀ ਕੰਮ ਰੁੜ ਰਿਹਾ, ਚੱਲ ਨਹੀਂ ਰਿਹਾ ਪਿਛਲੇ ਜਦ ਦਾ GST ਆਇਆ, ਕਿਉਂਕਿ ਡੀਮੋਨੀਟਾਈਜੇਸ਼ਨ ਹੋਈ, GST ਹੋਈ, ਉਦੋਂ ਬਾਅਦ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਭਾਜੀ ਮੇਰਾ ਕੰਮ ਵਧੀਆ ਚੱਲ ਰਿਹਾ, ਭਾਜੀ ਰੁੜ ਰਹੀ ਹੈ ਗੱਡੀ। ਯਾਰ ਸਾਡੇ ਕੋਲ ਕਮਾਉਣ ਨੂੰ ਤਾਂ ਪਹਿਲਾਂ ਹੀ ਤੁਸੀਂ ਸਾਡੀਆਂ ਕਮਾਈਆਂ ਖਤਮ ਕਰਤੀਆਂ, ਹੁਣ ਤੁਸੀਂ ਜਿਹੜਾ ਅਸੀਂ ਖਾਣਾ ਵਾ ਉਹਦੇ 'ਤੇ ਵੀ ਤੁਸੀਂ ਕੰਟਰੋਲ ਲਾਈ ਜਾਂਦੇ ਹੋ, ਅਸੀਂ ਕਰੀਏ ਕੀ, ਅਸੀਂ ਮਰੀਏ ਕਿੱਥੇ ਜਾ ਕੇ? ਸੋ ਇਹਦਾ ਹੱਲ ਇਹੀ ਹੈ ਕਿ ਜਦੋਂ ਤੱਕ ਸਾਰੇ ਇਕੱਠੇ ਨਹੀਂ ਹੁੰਦੇ, ਹੁਣ ਉਹਨਾਂ ਦੀਆਂ ਪਾਲਿਸੀਆਂ 'ਤੇ ਆਉਣਾ। ਉਹਨਾਂ ਨੇ ਕੀ ਪਾਲਿਸੀ ਅਪਣਾਈ ਹੈ ਕਿ ਜਦੋਂ ਵੀ ਕੋਈ ਇੱਦਾਂ ਦਾ ਕੰਮ ਹੁੰਦਾ ਤਾਂ ਉਹਨਾਂ ਨੇ ਡਿਵਾਈਡ ਕਰਨਾ ਸ਼ੁਰੂ ਕਰਤਾ, ਜਿਹਦੀ ਇੱਕ ਲਾਈਵ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਲੱਗਿਆ। BBC ਪੰਜਾਬੀ ਦੇ ਉੱਪਰ ਇੱਕ ਹਫ਼ਤਾ ਪਹਿਲਾਂ ਇੱਕ ਨਿਊਜ਼ ਚੱਲ ਰਹੀ ਸੀ ਜਿਹਦੇ ਵਿੱਚ ਲੁਧਿਆਣੇ ਦੇ ਇੰਡਸਟਰੀਅਲਿਸਟਾਂ ਨੇ ਇਹ ਗੱਲ ਕਹੀ ਵੀ ਜਿਹੜੀ ਕਿਸਾਨਾਂ ਨੇ ਰੇਲ ਗੱਡੀਆਂ ਰੋਕੀਆਂ ਹੋਈਆਂ ਸਾਡਾ ਉਹਨੂੰ ਨੁਕਸਾਨ ਹੋ ਰਿਹਾ। ਉਹ ਯਾਰ ਰੋਟੀ ਤਾਂ ਤੁਸੀਂ ਵੀ ਖਾਣੀ ਹੈ, ਰੋਟੀ ਤਾਂ ਇੱਥੇ ਪੁਲਿਸ ਵਾਲੇ ਵੀਰ ਖੜ੍ਹੇ ਆ ਉਹਨਾਂ ਨੇ ਵੀ ਖਾਣੀਆਂ, ਸਾਊਂਡ ਵਾਲੇ ਵੀਰ ਨੇ ਉਹਨਾਂ ਨੇ ਵੀ ਖਾਣੀਆਂ, ਅਤੇ ਜਿਹੜੇ ਇੰਡਸਟਰੀ ਵਾਲੇ ਆ ਤੁਸੀਂ ਪੈਸੇ ਖਾ ਲਉਂਗੇ? ਜੇ ਮੈਂ ਮੰਨ ਲਓ ਇੰਡਸਟਰੀ ਚਲਾਉਂਦਾ, ਮੈਂ ਪੈਸੇ ਥੋੜ੍ਹੀ ਖਾ ਲਉਂਗਾ, ਮੈਂ ਤਾਂ ਰੋਟੀ ਹੀ ਖਾਣੀ ਆ। ਹੁਣ ਰੋਟੀ ਦਾ ਗੱਲ ਇਹ ਹੈ ਵੀ ਉਹਨਾਂ ਨੂੰ ਇੰਨੀ ਕੁ ਗੱਲ ਸਮਝਾ ਦਿੱਤੀ ਗਈ ਜੀ ਜਿਹੜਾ ਬਿੱਲ ਹੈ ਉਹ ਸਿਰਫ ਕਿਸਾਨਾਂ ਲਈ, ਕਿਸਾਨ ਮਾਰੂ ਹੈ ਅਤੇ ਕਿਸਾਨਾਂ ਨੇ ਰੇਲਵੇ ਰੋਕੀ ਹੋਈ ਹੈ, ਇਸ ਕਰਕੇ ਜੀ ਬਈ ਜਿਹੜਾ ਤੁਹਾਡਾ ਇੰਡਸਟਰੀਆਂ ਦਾ ਨੁਕਸਾਨ ਹੋ ਰਿਹਾ। ਦੂਜੀ ਗੱਲ, ਤੁਹਾਡੇ ਵਿੱਚ ਪਾੜ ਪਾਉਣ ਲਈ ਇੱਕ ਬਹੁਤ ਵੱਡੀ ਗੱਲ ਜਿਹੜੀ ਆਮ ਕਰਕੇ ਹੁਣ ਪ੍ਰਚਲਿਤ ਕਰ ਦਿੱਤੀ ਗਈ ਜੀ, ਬਿਜਲੀ ਵਾਲੀ। ਤੁਹਾਨੂੰ ਸਾਰਿਆਂ ਨੂੰ ਪਤਾ ਥੋੜ੍ਹੇ ਦਿਨ ਤੋਂ ਬੜੀ ਖਬਰ ਚੱਲ ਰਹੀ ਹੈ ਜੀ ਜੇ ਕੋਲਾ ਨਾ ਹੋਇਆ ਤਾਂ ਬਿਜਲੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਪੰਜਾਬ 'ਚ, ਪੰਜਾਬ 'ਚ ਹਨੇਰਾ ਹੋ ਜਾਊਗਾ। ਇਹ ਗੱਲ ਸਹੀ ਹੈ ਨਾ ਜੀ? ਸਾਰਿਆਂ ਨੂੰ ਪਤਾ ਨਾ? ਹੁਣ ਮੈਂ ਉਹਦਾ ਖੁਲਾਸਾ ਤੁਹਾਡੇ ਸਾਹਮਣੇ ਹੁਣੇ ਹੀ ਕਰ ਦਿੰਦਾ। ਔਰ ਇਹ ਜੇ ਕਿਸੇ ਨੇ ਪੂਰੀ ਰਿਪੋਰਟ ਲੈਣੀ ਹੋਈ, ਮੇਰੇ ਫੋਨ ਦੇ ਵਿੱਚ ਰਿਪੋਰਟ ਪਈ ਹੈ, ਇੰਗਲਿਸ਼ ਟ੍ਰਿਬਿਊਨ ਦਾ ਆਰਟੀਕਲ ਹੈ, ਉਹਦੀ ਹੀ ਹਵਾਲਾ ਦੇ ਕੇ ਤੁਹਾਨੂੰ ਸਾਰੀ ਗੱਲ ਸਮਝਾਉਣ ਲੱਗਿਆ ਕਿ ਜਿਹੜੀ ਇਹ ਰਿਊਮਰ ਫੈਲਾਇਆ ਗਿਆ ਨਾ ਉਹਦੇ ਵਿੱਚ ਸਰਕਾਰ ਨੂੰ ਫਾਇਦਾ ਹੋ ਰਿਹਾ। ਕੋਲੇ ਵਾਲੀ ਜਿਹੜੀ ਬਿਜਲੀ ਸੀ ਉਹ ਸਰਕਾਰ ਖਰੀਦਦੀ ਸੀ 5 ਰੁਪਏ ਦੀ, ਸਾਨੂੰ ਵੇਚਦੀ ਸੀ ਟੈਕਸ ਟੁਕਸ ਲਾ ਕੇ 8 ਰੁਪਏ ਦੀ। ਜੇ ਕੋਲੇ ਵਾਲੀ ਬਿਜਲੀ ਸਰਕਾਰ ਨਹੀਂ ਖਰੀਦਦੀ ਤਾਂ ਓਪਨ ਮਾਰਕੀਟ 'ਚੋਂ ਖਰੀਦਦੀ ਆ, ਉਹ ਖਰੀਦਦੀ ਆ 2.57 ਰੁਪਏ ਦੀ। ਔਰ ਇਹ PSPCL ਜਿਹੜਾ ਇਲੈਕਟ੍ਰੀਸਿਟੀ ਡਿਪਾਰਟਮੈਂਟ ਹੈ ਉਹਦੀ ਚੀਫ ਇੰਜੀਨੀਅਰ ਦੀ ਵਰਡਿੰਗ ਹੈ ਕਿ ਜੇ ਇਹ ਇੱਦਾਂ ਹੀ ਕੋਲਾ ਬੰਦ ਰਿਹਾ ਤਾਂ ਤੁਹਾਨੂੰ ਜਿਹੜਾ ਦਸੰਬਰ 'ਚ ਬਿੱਲ ਆਊਗਾ ਉਹ ਘੱਟ ਕੇ ਆਊਗਾ, ਜਿਹੜਾ ਤੁਹਾਨੂੰ 8 ਰੁਪਏ ਯੂਨਿਟ ਆ ਉਹ ਘੱਟ ਕੇ ਮਿਲੂਗਾ। ਸੋ ਇਹ ਗੱਲ ਆਪਦੇ ਚਿੱਤ 'ਚੋਂ ਕੱਢ ਦਿਓ ਕਿ ਜਿਹੜੀਆਂ ਰੇਲਾਂ ਬੰਦ ਹੋਈਆਂ ਨੇ ਉਹਦੇ ਕਰਕੇ ਇਲੈਕਟ੍ਰੀਸਿਟੀ ਡਿਪਾਰਟਮੈਂਟ ਬੰਦ ਖਰਾਬ ਹੋਊਗਾ, ਤੁਹਾਨੂੰ ਇਲੈਕਟ੍ਰੀਸਿਟੀ ਘੱਟ ਮਿਲੂਗੀ, ਤੁਹਾਡੇ ਕੱਟ ਲੱਗਣੇ ਸ਼ੁਰੂ ਹੋਣਗੇ, ਬਿਲਕੁਲ ਗਲਤ ਗੱਲ ਹੈ। ਉਹ 3 ਰੁਪਈਏ ਬਿਜਲੀ, ਉਹ ਤਾਂ ਸਗੋਂ ਕਹਿੰਦੇ ਨੇ ਵੀ ਸਰਕਾਰ ਫਾਇਦੇ 'ਚ ਜਾ ਰਹੀ ਹੈ, ਤੁਸੀਂ ਸਰਕਾਰ ਫਾਇਦੇ 'ਚ ਜਾਊਗੀ ਅਲਟੀਮੇਟਲੀ ਤੁਹਾਡਾ ਵੀ ਰੇਟ ਘਟਾਊਗੀ, ਘਟਾਊਗੀ ਜਾਂ ਨਹੀਂ ਘਟਾਊਗੀ ਮੈਨੂੰ ਨਹੀਂ ਪਤਾ, ਉਹ ਸਰਕਾਰ ਦੇ ਆਪਦੇ ਕਰਪਟ ਸਿਸਟਮ ਨੇ। ਪਰ ਇਹ ਜੋ ਮੈਂ ਗੱਲ ਕਹਿ ਰਿਹਾ ਇਹ ਕਲੀਅਰ ਕੱਟ ਉਸ ਆਰਟੀਕਲ ਦੇ ਵਿੱਚ ਲਿਖੀ ਹੈ, ਮੈਂ ਆਪਣੇ ਵੱਲੋਂ ਕੋਈ ਨਹੀਂ ਕਹਿ ਰਿਹਾ। ਜੋ ਸਰਕਾਰ ਦਾ ਰੇਟ ਹੈ ਖਰੀਦਣ ਦਾ 4.67 ਰੁਪਏ ਰੇਟ ਸੀਗਾ, ਸਰਕਾਰ ਜਿਹੜਾ ਪ੍ਰਾਈਵੇਟ ਬਿਜਲੀ ਖਰੀਦਦੀ ਸੀ, ਅਤੇ ਜੇ ਉਹ ਕੋਲੇ ਵਾਲੀ ਬਿਜਲੀ ਨਹੀਂ ਖਰੀਦਦੀ ਕਿਸੇ ਹੋਰ ਸਟੇਟ ਤੋਂ ਖਰੀਦਦੀ ਹੈ ਤਾਂ ਉਹਦਾ ਰੇਟ 2.57 ਰੁਪਏ ਆ, ਤੁਸੀਂ ਆਪੇ ਹਿਸਾਬ ਲਾ ਲਿਓ। ਹੁਣ ਇਸ ਕਰਕੇ ਵੀਰੋ ਅਤੇ ਭੈਣੋ ਸਾਰੀ ਜਿਹੜੀ ਸਰਕਾਰ ਹੈ ਉਹ ਤੁਹਾਡੇ ਜਿਹੜੇ ਇਕੱਠ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਜਿਹੜਾ ਇਕੱਠ ਹੈ ਉਹਨੂੰ ਮੁੱਠੀ ਅੰਗ ਇੱਦਾਂ ਰੱਖਾਂਗੇ ਅਤੇ ਤਾਂ ਹੀ ਅਸੀਂ ਦਿੱਲੀ ਜਿੱਤ ਪਾਵਾਂਗੇ। ਦੂਜੀ ਗੱਲ, ਜਦੋਂ ਜਦੋਂ ਗੱਲ ਸਾਡੇ ਕਿਸੇ ਕਿੱਤੇ 'ਤੇ ਆਉਂਦੀ ਹੈ, ਸਾਡੀ ਰੋਟੀ 'ਤੇ ਆਉਂਦੀ ਹੈ, ਤਾਂ ਮੈਨੂੰ ਇੱਕ ਗੱਲ ਦੱਸੋ ਵੀ ਅਸੀਂ ਉਸੇ ਕੌਮ ਦੇ ਵਾਰਸ ਹਾਂ ਨਾ ਕਿ ਜਿਨ੍ਹਾਂ ਨੇ ਕਿਹਾ ਵੀ ਜਦੋਂ ਤੱਕ ਸਾਨੂੰ ਹੱਕ ਨਹੀਂ ਮਿਲਦਾ ਅਸੀਂ ਹੱਕ ਸੱਚ ਦੀ ਲੜਾਈ ਲੜਦੇ ਰਵਾਂਗੇ। ਸੋ ਵੀਰੋ ਅਤੇ ਭੈਣੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਜਿਹੜੇ ਘਰਾਂ 'ਚ ਵੀ ਬੈਠੇ ਇਹ ਦੇਖ ਰਹੇ ਨੇ, ਹੁਣ ਕਾਫੀ ਸਾਰੇ ਸ਼ਹਿਰਾਂ ਦੇ ਬੰਦੇ ਇਸੇ ਕਰਕੇ ਬਾਹਰ ਨਹੀਂ ਆ ਰਹੇ ਵੀ ਧਰਨਿਆਂ ਦੇ ਉੱਪਰ ਜਾ ਕੇ ਕਰਾਂਗੇ ਕਿ ਧਰਨਿਆਂ ਦੇ ਉੱਪਰਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਦਿੱਲੀ ਹਿਲਾਉਣਗੀਆਂ, ਤੁਹਾਡੇ ਧਰਨਿਆਂ ਦੇ ਵਿੱਚ ਦਾ ਇਕੱਠ ਜਿਹੜਾ ਉਹ ਦਿੱਲੀ ਹਿਲਾਊਗਾ। ਸੋ ਆਪਦੇ ਆਪਦੇ ਘਰਾਂ 'ਚੋਂ ਨਿਕਲੋ, ਜੇ ਅੱਜ ਨਹੀਂ ਨਿਕਲਦੇ ਘਰਾਂ 'ਚੋਂ ਫਿਰ ਅੱਜ ਤੋਂ 2 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਤੁਸੀਂ ਇਹ ਕਹਿਣ ਦੇ ਹੱਕਦਾਰ ਨਹੀਂ ਹੋਵੋਗੇ ਬਈ ਯਾਰ ਸਬਜ਼ੀ ਦਾ ਭਾਅ ਬਹੁਤ ਵੱਧ ਗਿਆ ਅਸੀਂ ਕੀ ਕਰੀਏ। ਜਦੋਂ ਉਹਨਾਂ ਨੇ ਸਬਜ਼ੀ ਖਰੀਦ ਲਈ,
ਜਿਹੜੀ ਗੱਲ ਸਭ ਤੋਂ ਇੰਪੋਰਟੈਂਟ ਹੈ ਕਿ ਸ਼ਹਿਰਾਂ ਵਿੱਚ ਸਭ ਤੋਂ ਵੱਧ ਜਿਹੜੇ ਨੇ ਕਿੱਤੇਕਾਰ ਹੁੰਦੇ ਆ, ਦੁਕਾਨਦਾਰ ਹੁੰਦੇ ਆ। ਇੱਕ ਪਾਸੇ ਪੰਜ ਕਰਿਆਨੇ ਦੀਆਂ ਦੁਕਾਨਾਂ ਨੇ, ਇੱਕ ਪਾਸੇ ਰਿਲਾਇੰਸ ਦਾ ਇੱਕ ਸਟੋਰ ਖੁੱਲ੍ਹ ਜਾਣਾ, ਪੰਜ ਦੁਕਾਨਾਂ ਵਾਲੇ ਰਲ ਕੇ ਵੀ ਉਹਦੇ ਨਾਲ ਕੰਪੀਟੀਸ਼ਨ ਨਹੀਂ ਕਰ ਪਾਉਣਗੇ, ਉਹਦਾ ਪਰਿਵਾਰ ਕਿੱਥੇ ਜਾਊਗਾ? ਉਹਦੇ ਪਰਿਵਾਰ ਨੇ ਫਿਰ ਰਿਲਾਇੰਸ ਤੋਂ ਹੀ ਜਿਹੜਾ ਸਮਾਨ ਖਰੀਦਣਾ, ਅਤੇ ਉਹਦੀ ਆਪਦੀ ਦੁਕਾਨ ਦੀ ਜੇ ਆਮਦਨ ਨਹੀਂ ਹੋਊਗੀ ਤਾਂ ਰਿਲਾਇੰਸ ਤੋਂ ਸਮਾਨ ਕਿੱਦਾਂ ਖਰੀਦੂਗਾ? ਮੈਨੂੰ ਇਹ ਗੱਲ ਦਾ ਜਵਾਬ ਦਿਓ। ਸੋ ਇਹ ਖਾਲੀ ਜਿਹੜੀ ਵਾਰ ਵਾਰ ਇੱਕੋ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਕਿਸਾਨਾਂ ਦਾ ਮਸਲਾ ਹੈ, ਇਹ ਕਿਸਾਨਾਂ ਦਾ ਮਸਲਾ ਵੀ ਓਨਾ ਹੀ ਹੈ ਜਿੰਨਾ ਸ਼ਹਿਰੀਆਂ ਦਾ, ਜਿੰਨਾ ਵਪਾਰੀਆਂ ਦਾ, ਜਿੰਨਾ ਛੋਟੇ ਇੰਡਸਟਰੀਅਲਿਸਟ ਦਾ, ਜਿੰਨਾ ਵੱਡੇ ਇੰਡਸਟਰੀਅਲਿਸਟ ਦਾ। ਸੋ ਜਿੰਨੀ ਵੀ ਗੱਲ ਹੈ ਉਹ ਸਿਰਫ ਔਰ ਸਿਰਫ ਕਿਸਾਨੀ 'ਤੇ ਲਿਆ ਕੇ ਨਾ ਖੜੀ ਕੀਤੀ ਜਾਏ, ਸਾਰੇ ਦੇ ਸਾਰੇ ਜਿੰਨੇ ਵੀ ਪੰਜਾਬ ਦੇ ਰਹਿਣ ਵਾਲੇ ਆ। ਇੱਕ ਚੀਜ਼ ਮੈਂ ਹੋਰ ਇੱਥੇ ਐਡ ਕਰਦੇ ਹਾਂ, ਜੇ ਪਿੱਛੇ ਜੇ ਗੱਲ ਚੱਲ ਰਹੀ ਸੀ ਕਿ ਜੇ ਪੰਜਾਬ ਦੇ ਵਿੱਚ ਇੱਦਾਂ ਹੋਊਗਾ ਤਾਂ ਸ਼ਾਇਦ ਦਿੱਲੀ ਨੂੰ ਫਰਕ ਨਹੀਂ ਪਊਗਾ, ਫਰਕ ਪੈਣਾ ਸ਼ੁਰੂ ਹੋ ਗਿਆ। ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਹੈ, 3 ਦਿਨ ਪਹਿਲਾਂ ਜੋ ਗੋਆ 'ਚ ਹੋਇਆ, ਗੋਆ 'ਚ ਵੀ ਇਹੀ ਕੁਛ ਹੋਇਆ। ਅਡਾਨੀ ਅਬਾਨੀ ਗਰੁੱਪ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਫੈਕਟਰੀਆਂ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਇਨਵਾਇਰਮੈਂਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਹਾਲਾਤ ਇਹ ਹੋਏ। ਅੱਜ ਭੱਠੀ ਬਣਿਆ ਪਿਆ ਗੋਆ, ਤੁਸੀਂ ਜਾ ਕੇ ਫੇਸਬੁੱਕ 'ਤੇ ਸਰਚ ਕਰ ਲਿਓ, ਪਰ ਕੋਈ ਵੀ ਨੈਸ਼ਨਲ ਮੀਡੀਆ ਨੂੰ ਨਹੀਂ ਦਿਖਾ ਰਿਹਾ, ਨਾ ਉਹਨਾਂ ਨੇ ਦਿਖਾਉਣਾ। ਇਹ ਤੁਹਾਨੂੰ ਸੋਸ਼ਲ ਮੀਡੀਆ 'ਤੇ, ਗੂਗਲ 'ਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੋ ਗੋਆ ਦੇ ਵਿੱਚ ਹੋ ਰਿਹਾ। ਅੱਜ ਗੋਆ ਅੱਗ ਦੀ ਭੱਠੀ ਬਣਿਆ ਪਿਆ, ਲੋਕ ਉੱਥੇ ਸਾਡੇ ਵਾਂਗੂ ਸੜਕਾਂ 'ਤੇ ਆਏ ਪਏ ਆ, ਪਰ ਫਰਕ ਸਿਰਫ ਇੰਨਾ ਕਿ ਉੱਥੇ ਸਾਰੇ ਦੇ ਸਾਰੇ ਲੋਕ ਸੜਕਾਂ 'ਤੇ ਆ, ਅਤੇ ਮੈਨੂੰ ਲੱਗਦਾ ਗੋਆ ਆਪਦੀ ਜੰਗ ਜ਼ਰੂਰ ਜਿੱਤੇਗਾ। ਇਹ ਡਰ ਹੈ ਜੇ ਅਸੀਂ ਇਕੱਠੇ ਨਾ ਹੋਏ ਕਿਤੇ ਅਸੀਂ ਆਪਦੀ ਜੰਗ ਨਾ ਹਾਰ ਜਾਈਏ। ਪਰ ਇਹਦੇ ਪਾਸੇ ਦੂਜਾ ਫੇਰ ਬਦਲ ਇਹ ਵੀ ਹੈ ਕਿ ਅਸੀਂ ਉਹ ਕੌਮ ਦੇ ਵਾਰਸ ਹਾਂ, ਸਾਡੇ ਕੋਲ ਉਹ ਇਤਿਹਾਸ ਹੈ ਵੀ ਜਿੱਥੇ ਅਸੀਂ ਹਮੇਸ਼ਾ ਲੜਨਾ ਜਾਣਦੇ ਹਾਂ, ਅਸੀਂ ਆਪਣੇ ਹੱਕਾਂ ਲਈ ਖੜਨਾ ਜਾਣਦੇ ਹਾਂ, ਸਾਡੀ ਰਗਾਂ 'ਚ ਉਹ ਖੂਨ ਹੈ ਕਿ ਜਿਹੜਾ ਹਮੇਸ਼ਾ ਹੀ ਅਸੀਂ ਆਪਦੇ ਹੱਕਾਂ ਲਈ ਲੜਨਾ ਜਾਣਦੇ ਹਾਂ ਅਤੇ ਖੜਨਾ ਵੀ ਜਾਣਦੇ ਹਾਂ। ਸੋ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਸੀਗੀਆਂ ਕਿ ਜਿਹੜਾ ਤੁਸੀਂ ਸ਼ਹਿਰੀ ਵਰਗ ਹੋ, ਕਿਸਾਨ ਆਪਣੀ ਲੜਾਈ ਲੜ ਰਿਹਾ, ਜਿਹੜਾ ਤੁਸੀਂ ਸ਼ਹਿਰੀ ਵਰਗ ਹੋ, ਉਹ ਪਲੀਜ਼ ਜਿਹੜਾ ਵੀ ਸਮਾਨ ਲੈਂਦੇ ਹੋ ਉਹ ਆਪਦੇ ਛੋਟੇ ਬਾਇਰ ਤੋਂ ਲਓ, ਜਿਹੜਾ ਤੁਹਾਡੇ ਸ਼ਹਿਰ ਦੇ ਵਿੱਚ ਬਣਦਾ। ਜੇ ਕੱਪੜਾ ਤੁਹਾਡੇ ਸ਼ਹਿਰ ਦੇ ਵਿੱਚ ਬਣਦਾ ਉਹ ਲਓ, ਬ੍ਰਾਂਡਡ ਨੂੰ ਭੁੱਲ ਜਾਓ। ਜੇ ਤੁਸੀਂ ਕੋਈ ਸਮਾਨ ਲੈਂਦੇ ਹੋ, ਸਮਾਨ ਲੈਣ ਤੋਂ ਪਹਿਲਾਂ ਇਹ ਵੇਖੋ ਕਿਤੇ ਇਹ ਉਹੀ ਦੋਵਾਂ ਘਰਾਂ ਨੂੰ ਤਾਂ ਨਹੀਂ ਪੈਸੇ ਜਾ ਰਹੇ, ਕਿਉਂਕਿ ਜੇ ਉਹਨਾਂ ਦੋਵਾਂ ਘਰਾਂ ਨੂੰ ਪੈਸੇ ਜਾਂਦੇ ਆ ਤਾਂ ਅਲਟੀਮੇਟਲੀ ਉਹ ਤੁਹਾਡੇ 'ਤੇ ਹੋਰ ਕਾਬਜ਼ ਹੋਣਗੇ। ਇੱਕ ਮਿੰਟ 'ਚ ਆਪਦੀ ਗੱਲ ਨਿਬੇੜਦਾ, ਇਹ ਲਾਸਟ ਜਿਹੜੀ ਗੱਲ ਹੈ, ਕਿਉਂਕਿ ਪਿਛਲੇ ਹਫ਼ਤੇ ਵੀ ਮੇਰੀ ਸਾਰੀ ਜਿਹੜੀ ਸਪੀਚ ਸੀ ਉਹ ਇਸੇ 'ਤੇ ਸੀ। ਅਖੀਰਲੇ ਧਰਨੇ 'ਤੇ ਵੀ ਮੈਂ ਇਹੀ ਗੱਲ ਕਹੀ ਸੀ ਕਿ ਜਦੋਂ ਅਡਾਨੀਆਂ ਅਬਾਨੀ ਆਪਣੇ ਕਿੱਤੇ ਲਈ, ਆਪਣੇ ਫਾਇਦੇ ਲਈ ਤੁਹਾਡਾ ਫਾਇਦਾ ਚੁੱਕਣਗੇ ਅਤੇ ਉਹ ਅਮੀਰ ਹੋਣਗੇ। ਪਰ ਤੁਹਾਡੇ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵੱਲੋਂ ਕੀਤਾ ਹੋਇਆ ਪ੍ਰਦਰਸ਼ਨ, ਤੁਹਾਡੇ ਵੱਲੋਂ ਉਹਨਾਂ ਦੇ ਰੋਕੇ ਹੋਏ ਪੈਟਰੋਲ ਪੰਪ, ਤੁਹਾਡੇ ਵੱਲੋਂ ਜਿਸ ਮਰਜ਼ੀ ਲੈਵਲ 'ਤੇ ਨਕਾਰਿਆ ਹੋਇਆ ਉਹਨਾਂ ਦਾ ਸਮਾਨ, ਅੱਜ ਹਾਲਾਤ ਇਹ ਹੈ ਕਿ ਅੰਬਾਨੀ ਇੱਕ ਹਫ਼ਤਾ ਪਹਿਲਾਂ ਦੁਨੀਆ ਦੇ 5ਵੇਂ ਨੰਬਰ ਦਾ ਸਭ ਤੋਂ ਅਮੀਰ ਬੰਦਾ ਸੀ ਅਤੇ ਅੱਜ ਇੱਕ ਹਫ਼ਤੇ ਬਾਅਦ ਉਹਦਾ ਨੰਬਰ 11ਵਾਂ ਹੋ ਗਿਆ। ਇਸ ਕਰਕੇ ਬਹੁਤ ਛੋਟੀ ਗੱਲ ਨਹੀਂ ਹੈ ਇਹ। ਤੁਸੀਂ ਜੇ ਇੱਦਾਂ ਹੀ ਲੱਗੇ ਰਹੇ ਤਾਂ ਉਹਨੇ ਮੁੜ ਕੇ ਮੋਦੀ ਦੇ ਨਾਸੀ ਧੂੰ ਦੇ ਕੇ ਉਹਦੇ ਗਲ 'ਚ ਅੰਗੂਠਾ ਦੇ ਕੇ ਕਹਿਣਾ ਵੀ ਮੈਨੂੰ ਨੁਕਸਾਨ ਹੋ ਰਿਹਾ, ਇਹ ਬਿੱਲ ਵਾਪਸ ਲੈ, ਅਸੀਂ ਇਹਦਾ ਕੋਈ ਹੋਰ ਤੋੜ ਕੱਢਾਂਗੇ, ਫਿਰ ਆਪਾਂ ਆਪਦੀ ਜੰਗ ਜਿੱਤਾਂਗੇ। ਮੇਰੀ ਜੰਗ ਸਿਰਫ ਇਹ ਆ ਵੀ ਬਹੁਤ ਲੋਕ ਕਹਿੰਦੇ ਆ ਵੀ ਤੂੰ ਅਡਾਨੀਆਂ ਅੰਬਾਨੀਆਂ ਦੇ ਅਗੇਂਸਟ ਬੋਲਦਾ, ਪਰ ਕੋਈ ਨਾ ਕੋਈ ਸਿਸਟਮ 'ਤੇ ਤੁਹਾਨੂੰ ਸਮਝਣਾ ਪਊਗਾ। ਉਹੀ ਬੰਦੇ ਨੇ ਉਹੀ ਚੀਜ਼ਾਂ ਕੰਟਰੋਲ ਕਰਦੇ। ਜੇ ਤੁਸੀਂ ਲਾਅ ਪੜ੍ਹ ਲਓ, ਜੇ ਤੁਸੀਂ ਜਿਹੜੇ ਆਰਡੀਨੈਂਸ ਆਏ ਹੋ, ਤੁਹਾਨੂੰ ਇੱਦਾਂ ਹੀ ਲੱਗੂਗਾ ਵੀ ਕਿਸੇ ਫੈਕਟਰੀ 'ਚ ਇੱਕ ਬੰਦੇ ਨੇ ਆਪਦੀ ਲਾਇਰ ਦੀ, ਆਪਦੇ ਵਕੀਲਾਂ ਦੀ ਟੀਮ ਬੁਲਾ ਕੇ ਕਿਹਾ ਜਿਹ 'ਚ ਮੈਨੂੰ ਫਾਇਦਾ ਹੁੰਦਾ ਉਹ ਲਿਖ ਦੇ, ਅਤੇ ਉਹਨਾਂ ਨੇ ਲਿਖ ਕੇ ਪਾਰਲੀਮੈਂਟ 'ਚ ਪਾਸ ਕਰਾ ਲਿਆ। ਸੋ ਇੱਦਾਂ ਹੀ ਆ, ਇੱਦਾਂ ਹੀ ਹੋ ਰਿਹਾ। ਅਡਾਨੀ ਅਬਾਨੀ ਦੋ ਗਰੁੱਪ ਨੇ ਜਿਹੜੇ ਤੁਹਾਡੇ ਪੂਰੇ ਜਿਹੜੇ ਦੇਸ਼ ਨੂੰ ਕੰਟਰੋਲ ਕਰਨਾ ਚਾਹੁੰਦੇ ਆ, ਉਹਨਾਂ ਨੂੰ ਮਾਤ ਪਾਉਣ ਲਈ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਉਹਨਾਂ ਨਾਲ ਨਕਾਰਮਕ ਕਹਿ ਲਓ ਵੀ ਉਹਨਾਂ ਨੂੰ ਬਾਈਕਆਊਟ ਕਰਨਾ ਪਊਗਾ। ਆਪਣੇ ਲੋਕਲ ਬੰਦਿਆਂ ਨੂੰ ਹੈਲਪ ਕਰੋ, ਆਪਣੇ ਲੋਕਲ ਜਿਹੜੇ ਪ੍ਰੋਡਕਟ ਆ ਉਹ ਸਾਰੇ ਖਰੀਦੋ, ਅਤੇ ਤਾਂ ਹੀ ਉਹਨਾਂ ਦਾ ਫਾਇਦਾ ਹੋਊਗਾ। ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਸਿਰਫ ਇੱਕ ਹਫ਼ਤੇ ਦੀ ਹੈ, ਇੱਕ ਹਫ਼ਤੇ 'ਚ ਉਹਨਾਂ ਦਾ ਸ਼ੇਅਰ ਜਿਹੜਾ ਉਹ 300 ਰੁਪਈਏ ਟੁੱਟ ਚੁੱਕਾ, ਹਜੇ ਹੋਰ ਟੁੱਟਣ ਦੇ ਬਹੁਤ ਜ਼ਿਆਦਾ ਆਸਾਰ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਜੇ ਕੋਈ ਗਲਤ ਹੋ ਗਈ ਹੋਵੇ ਤਾਂ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।